ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਾਡੇ ਅੱਜ YouTube ਚੈਨਲ ਤੇ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨੀ ਸੀ, ਬਹੁਤ ਜ਼ਰੂਰੀ ਸੀ। ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ 'ਤੇ ਕਿ ਇੱਕ ਵੀਡੀਓ ਵਾਇਰਲ ਹੋਣ ਡਈ ਆਪਣੀ ਜਲੰਧਰ ਦੀ, ਇੱਕ ਨਿਊਜ਼ ਵਾ ਜਿਹੜੇ ਖੁੱਲ੍ਹੜ ਪੀਜ਼ਾ ਹੱਟ ਵਾਲੇ ਨੇ, ਉਹਨਾਂ ਦੀ ਇੱਕ ਵੀਡੀਓ ਵਾਇਰਲ ਬਹੁਤ ਜ਼ਿਆਦਾ ਹੋਣ ਡਈ ਆ। ਅਤੇ ਮੇਰਾ ਮਕਸਦ ਇਹੋ ਸੀ ਕਿ ਵੀਡੀਓ ਬਣਾਉਣ ਦਾ ਕਿ ਚਲੋ ਮੰਨਦੇ ਹਾਂ ਕਿ ਉਹਨਾਂ ਕੋਲ ਗਲਤੀ ਹੋ ਗਈ ਆ, ਗਲਤੀ ਬਹੁਤ ਵੱਡੀ ਕੀਤੀ ਉਹਨਾਂ ਨੇ। ਸਭ ਤੋਂ ਵੱਡੀ ਗਲਤੀ ਉਹਨੇ ਇਹ ਕੀਤੀ ਕਿ ਜਿਹੜੀ ਉਹਨੇ ਵੀਡੀਓ ਬਣਵਾਈ, ਜਾਂ ਉਹਨੇ ਆਪ ਬਣਾਈ ਜਾਂ ਕਿੱਦਾਂ ਵੀ ਕੀਤਾ ਉਹਨੇ, ਅਤੇ ਜਾਣੀ ਕਿ ਹੁਣ ਉਹ ਸਫਾਈਆਂ ਦੇਣ ਡਿਆ ਕਿ ਵੀਡੀਓ ਮੇਰੀ AI ਨਾਲ ਹਾਂ ਇੱਦਾਂ ਹੋਈ, AI ਲਾ ਸੋਫਟਵੇਅਰ ਨਾਲ ਇੱਦਾਂ ਕੀਤੀ ਆ। ਵੇਖੋ, ਬਾਕੀ ਦੁਨੀਆ ਨੂੰ ਝੂਠਾ ਕਰਦਾ ਕੋਈ ਇੱਦਾਂ ਕੰਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਅਗਲੇ ਦੁਨੀਆ ਨੂੰ ਝੂਠੇ ਕਰੀਏ। ਤੁਸੀਂ ਆਹ ਵੀਡੀਓ ਬਣਾ ਲੈਂਦੇ ਹੋ, ਬਾਅਦ ਤੁਸੀਂ ਅਗਲੇ ਦੁਨੀਆ ਨੂੰ ਝੂਠਾ ਕਰਦੇ ਹੋ, ਵੀਡੀਓ ਵਾਇਰਲ ਹੋ ਗਈ, ਕਿੱਦਾਂ ਹੋ ਗਈ, ਫੋਨ ਤੇਰੇ ਕੋਲ, ਸਭ ਕੁਝ ਤੇਰੇ ਕੋਲ, ਵੀ ਕਿੱਦਾਂ ਵੀਡੀਓ ਵਾਇਰਲ ਹੋ ਗਈ ਬਈ। ਚਲੋ ਉਸ ਗੱਲ ਨੂੰ ਵੀ ਮਿੱਟੀ ਪਾ ਦਿਓ। ਸਭ ਤੋਂ ਵੱਡੀ ਗੱਲ ਇਹੋ ਹੀ ਆ ਕਿ ਵੀਡੀਓ ਜਿਹੜੀ ਬਿਲਕੁਲ ਨਾ ਵਾਇਰਲ ਕਰੋ। ਇੱਕ ਰਿਕੁਐਸਟ ਹੱਥ ਬੰਨ ਕੇ ਆ, ਹਰ ਕੋਈ ਇੱਕ ਆਪਣੇ ਇੱਕ ਯਾਰ ਦੋਸਤ ਨਾਲ ਕੋਈ ਹਰ ਇੱਕ ਨਾਲ ਜੁੜਿਆ ਵਾ। ਜਦੋਂ ਇੱਕ ਵੀਡੀਓ ਮਤਲਬ ਇੰਨੀ ਕੁ ਅਸ਼ਲੀਲ ਵੀਡੀਓ ਬਣੀ ਆ ਕਿ ਮਤਲਬ ਵੇਖਣ ਯੋਗ ਨਹੀਂ ਹੈਗੀ ਆ, ਬਹੁਤ ਹੱਥ ਬੰਨ ਕੇ ਬੇਨਤੀ ਆ। ਅਤੇ ਕਿਰਪਾ ਕਰਕੇ ਜਿਹੜੀ ਵੀਡੀਓ ਹੈ ਨਾ ਉਹ ਨਾ ਸ਼ੇਅਰ ਕਰੋ, ਕਿ ਆਪਣੀ ਧੀਆਂ ਹਰ ਘਰ ਧੀਆਂ ਨੇ ਭੈਣਾਂ ਨੇ, ਅਤੇ ਸਹੀ ਨਹੀਂ ਹੈਗਾ ਵੀਡੀਓ ਵਾਇਰਲ ਕਰਨੀ। ਅਤੇ ਬਾਕੀ ਉਸ ਕੁੜੀ 'ਤੇ ਵੀ ਕੀ ਬੀਤਦੀ ਹੋਊਗੀ ਜਿਹਦੀ ਵੀਡੀਓ ਬਣਾਈ ਗਈ ਆ। ਅਤੇ ਬਹੁਤ ਗਲਤ ਵਾ, ਲੇਕਿਨ ਚਲੋ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਆ ਜਿਨ੍ਹਾਂ ਨੇ ਵੀਡੀਓ ਬਣਾਈ ਆ। ਅਤੇ ਬਾਕੀ ਜਿਹਨੇ ਵਾਇਰਲ ਕੀਤੀ ਆ ਸਭ ਤੋਂ ਵੱਡੀ ਗਲਤੀ ਉਹਦੀ ਵੀ ਆ, ਕਿ ਜਿਹਨੇ ਪੈਸੇ ਮੰਗੇ ਇਹਦੇ ਫੋਨ 'ਚੋਂ ਵੀਡੀਓ ਲਈਆਂ, ਬਾਅਦ 'ਚ ਉਹਨੂੰ ਬਲੈਕਮੇਲ ਕੀਤਾ ਗਿਆ ਵਾ, ਉਹਦੇ ਕੋਲ ਪੈਸੇ ਮੰਗੇ ਗਏ, ਚਲੋ ਕੁੜੀ ਅਰੈਸਟ ਹੋ ਗਈ ਆ। ਲੇਕਿਨ ਚਲੋ ਉਹ ਗੱਲਾਂ ਛੱਡ ਦਿਓ, ਬਾਕੀ ਕੀ ਹੈ ਕਿ ਵੀਡੀਓ ਜਿਹੜੀ ਹੈ ਨਾ ਪਲੀਜ਼ ਹੱਥ ਬੰਨ ਕੇ ਕਿ ਵੀਡੀਓ ਬਿਲਕੁਲ ਨਾ, ਵੀਡੀਓ ਵਾਇਰਲ ਨਾ ਕਰੋ। ਕੱਲ੍ਹ ਨੂੰ ਕੁਛ ਵੀ ਕਰ ਸਕਦੇ ਆ, ਕੁੜੀ ਕੁਛ ਕਰ ਸਕਦੀ ਆ, ਆਪਣੇ ਆਪ ਨੂੰ ਕੁਛ ਵੀ ਕਰ ਸਕਦੀ ਆ। ਅਤੇ ਆਪਣੇ ਪੰਜਾਬੀਆਂ 'ਚ ਇੱਦਾਂ ਦਾ ਨਹੀਂ ਹੈਗਾ ਕਿ ਵੀ ਅਸੀਂ ਕਿਸੇ ਦੀ ਪ੍ਰਾਈਵੇਟ ਜੋ ਮਰਜ਼ੀ ਆ ਵੀਡੀਓ ਆ ਕਿ ਜਾ ਕੇ ਅਸੀਂ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਈਏ ਜਾਂ ਵਾਇਰਲ ਕਰ ਦਈਏ। ਅਤੇ ਸਭ ਤੋਂ ਵੱਡੀ ਗਲਤੀ ਮੁੰਡੇ ਦੀ ਕਿ ਤੂੰ ਯਾਰ ਵੀਡੀਓ ਕਿਉਂ ਬਣਾਈ, ਯਾਰ ਤੇਰੀ ਜਨਾਨੀ ਆ, ਹੈਂ ਤੇਰਾ ਸਭ ਕੁਛ ਵਾ, ਤੇਰੇ ਤਾਂ ਇੰਨਾ ਵਧੀਆ ਤੁਹਾਡਾ ਕੰਮ ਵਾ, ਤੈਨੂੰ ਲੋੜ ਕੀ ਪਈ ਸੀ ਵੀਡੀਓ ਬਣਾਉਣ ਦੀ। ਬਾਕੀ ਤੂੰ ਵੀ ਰਾਨਾ ਵਾਂ ਕਿ ਵੀਡੀਓ ਮੇਰੀ ਇੱਦਾਂ AI ਨਾ ਮੇਰੀ ਸੋਫਟਵੇਅਰ ਨਾ, ਯਾਰ ਇਹ ਇੱਦਾਂ ਕਿੱਦਾਂ ਹੋ ਸਕਦਾ ਯਾਰ, ਅੱਜ ਤੇਰੀ ਵੀਡੀਓ ਟੈਸਟ ਹੋ ਜਾਵੇ ਤਾਂ ਯਾਰ, ਤਾਂ ਜੇ ਕੱਲ੍ਹ ਨੂੰ ਸੱਚ ਸਾਹਮਣੇ ਆਏ ਤਾਂ ਫਿਰ ਕੀ ਕਰੇਗਾ। ਬਿਲਕੁਲ, ਜਾਣੀ ਕਿ ਥੋੜ੍ਹਾ ਜਿਹਾ ਤੇਰਾ ਫਰਜ਼ ਬਣਦਾ ਸੀ ਕਿ ਮਾਫ਼ੀ ਮੰਗਣਾ ਕਿ ਮੇਰੇ ਕੋਲ ਗਲਤੀ ਹੋਈ ਆ। ਤੂੰ ਉਲਟਾ ਲੋਕਾਂ 'ਤੇ ਇਲਜ਼ਾਮ ਲਾਉਣ ਡਿਆ ਕਿ ਮੇਰੀ ਵੀਡੀਓ ਨੂੰ AI ਨਾ ਮੈਨੂੰ ਇੱਦਾਂ ਕੀਤਾ ਗਿਆ, ਇੱਦਾਂ ਕੀਤਾ ਗਿਆ, ਲੇਕਿਨ ਗਲਤ ਵਾ। ਚਲੋ ਸਾਨੂੰ ਵੀ ਨਹੀਂ ਇਸ ਗੱਲ ਦਾ ਪਤਾ ਹੈਗਾ, ਚਲੋ ਜੇ ਤੇਰੀ ਵੀਡੀਓ ਪੁਲਿਸ ਕੋਲ ਗਈ ਆ ਉਹਨਾਂ ਨੇ ਟੈਸਟ ਕਰਵਾ ਲੈਣੀ ਆ। ਅਤੇ ਬਾਕੀ ਮੈਂ ਸਾਰੇ ਜੀਆਂ ਨੂੰ, ਸਾਰਿਆਂ ਨੂੰ ਕਹਿੰਦਾ ਵਾਂ ਕਿ ਵੀਡੀਓ ਜਿਹਦੇ ਕੋਲ ਆਉਂਦੀ ਹੈ ਬਿਲਕੁਲ ਉੱਥੇ ਡਿਲੀਟ ਕਰ ਦਿਓ, ਵਾਇਰਲ ਨਾ ਕਰਿਓ। ਕਿਉਂਕਿ ਪੁਲਿਸ ਵਾਲਿਆਂ ਨੇ ਸਖ਼ਤ ਹਦਾਇਤਾਂ ਦੇ ਦਿੱਤੀਆਂ ਕਿ ਪਤਾ ਨਹੀਂ ਕਿੰਨੇ ਕੁ ਉਹਦੇ 'ਤੇ ਧਾਰਾਵਾਂ ਲੱਗਣੀਆਂ। ਜਿਹਦੇ ਕੋਲ ਵੀਡੀਓ ਮਿਲ ਗਈ, ਜਿਹਨੇ ਵੀਡੀਓ ਸੈਂਡ ਕੀਤੀ, ਸਭ ਪਤਾ ਲੱਗ ਜਾਣਾ। ਬਾਕੀ ਇਹ ਨਾ ਸੋਚੋ ਕਿ ਅਸੀਂ ਉਹਦੀ ਸਾਈਡ ਲੈਣ ਡਏ ਹਾਂ ਜਾਂ ਕਿੱਦਾਂ ਵਾ, ਮੈਂ ਅਸੀਂ ਕਿਹਦੀ ਸਾਈਡ ਨਹੀਂ ਲੈਣ ਡੇ। ਬਾਕੀ ਲੇਕਿਨ ਕੀ ਹੁੰਦਾ ਵਾ ਕਿ ਸਾਡੇ ਘਰ ਧੀਆਂ ਵੇ ਭੈਣਾਂ ਵਾ ਤੁਹਾਡੇ ਘਰ ਵੀ ਹੋਣਗੀਆਂ, ਕਿਉਂਕਿ ਜਿਹੜੀ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਕੀ ਪਤਾ ਕਿਹੜੀ ਆਪਣੇ ਭੈਣ ਕੋਲ ਚੱਲ ਜਾਣੀ ਹੈ, ਕਿਹੜੇ ਕਿਹਦੇ ਕੋਲ ਚੱਲ ਜਾਣੀ ਆ। ਲੇਕਿਨ ਗਲਤ ਵਾ, ਲੇਕਿਨ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਕਿ ਬਿਲਕੁਲ ਵੀ ਜਿੱਦਾਂ ਤੁਹਾਡੇ ਕੋਲ ਜਾਂ ਕਿਸੇ ਕੋਲ ਵੀਡੀਓ ਆਉਂਦੀ ਜਾਂ ਕਿਸੇ ਨੇ ਭੇਜੀ ਹੈ ਬਿਲਕੁਲ ਉੱਥੋਂ ਡਿਲੀਟ ਕਰ ਦਿਓ, ਨਹੀਂ ਤਾਂ ਪੁਲਿਸ ਉਹਨਾਂ ਨੇ ਛੱਡਣਾ ਨਹੀਂ ਗਾ ਕੋਈ ਵੀ। ਬਾਕੀ ਮੇਰੀ ਫਿਰ ਇੱਕ ਬੇਨਤੀ ਹੈ ਕਿ ਸਭ ਤੋਂ ਵੱਡੀ ਗਲਤੀ ਜਿਹੜੀ ਆ ਉਹ ਇਸੇ ਜਿਹੜੇ ਖੁੱਲ੍ਹੜ ਪੀਜ਼ਾ ਹੱਟ ਵਾਲੇ, ਇਹਨਾਂ ਨੇ ਜਾਣੀ ਕਿ ਵੀਡੀਓ ਇਹਨਾਂ ਨੇ ਬਣਾਈ ਕਿਉਂ, ਯਾਰ ਉਹ ਵੀ ਕਿਸੇ ਦੀ ਧੀ, ਉਹਦੇ ਮਾਂ ਪਿਓ 'ਤੇ ਕੀ ਬੀਤਦੀ ਹੋਊਗੀ। ਹੈਂ ਯਾਰ, ਤੁਸੀਂ ਵਾਈਫ ਹੋ, ਤੁਸੀਂ ਦੋਵੇਂ ਹਸਬੈਂਡ ਵਾਈਫ ਹੋ, ਤੁਹਾਡਾ ਤਾਂ ਯਾਰ ਤੁਸੀਂ ਇਹੋ ਜਿਹੀ ਵੀਡੀਓ ਬਣਾ ਕੇ ਕਰਨੀ ਕੀ, ਤੁਸੀਂ ਇਹੋ ਜਿਹੀ ਵੀਡੀਓ ਬਣਾਈ ਕਿਉਂ, ਜੇ ਤੁਸੀਂ ਨਾ ਬਣਾਉਂਦੇ ਤਾਂ ਕੰਮ ਹੁੰਦਾ ਹੀ ਨਾ। ਅਤੇ ਚਲੋ ਜੋ ਵੀ ਹੋ ਗਿਆ ਚਲੋ, ਅਤੇ ਬਾਕੀ ਇਹੋ ਹੀ ਬੇਨਤੀ ਹੈ ਕਿ ਵੀਡੀਓ ਜਿਹਦੇ ਕੋਲ ਵੀ ਆਉਂਦੀ ਹੈ ਪਲੀਜ਼ ਉਹਨੂੰ ਵਾਇਰਲ ਨਾ ਕਰਿਓ, ਡਿਲੀਟ ਕਰ ਦਿਓ,
ਕਿਉਂਕਿ ਹਰ ਇੱਕ ਕੋਲ ਗਰੁੱਪਾਂ ਦੇ ਵਿੱਚ ਨੰਬਰ ਨੇ, ਸਾਰਿਆਂ ਕੋਲ ਇੱਕ ਦੂਜੇ ਨਾਲ ਅਟੈਚ ਹੁੰਦੇ ਨੇ, ਤੇ ਕਿਰਪਾ ਕਰਕੇ ਵੀਡੀਓ ਨਾ ਅੱਗੇ ਸ਼ੇਅਰ ਕਰਿਓ, ਉਹਨੂੰ ਡਿਲੀਟ ਕਰ ਦਿਓ। ਬਸ ਮੇਰਾ ਇਹੋ ਹੀ ਇੱਕ ਮੋਟਿਵ ਸੀ ਵੀਡੀਓ ਬਣਾਉਣ ਦਾ ਕਿ ਨਾ ਇੱਦਾਂ ਕਰਿਓ। ਬਾਕੀ ਚਲੋ ਵੀਡੀਓ ਜਿੰਨੀ ਸ਼ੇਅਰ ਕਰ ਦਿਓਗੇ ਵਧੀਆ ਵਾ, ਅਗਲੇ ਨੂੰ ਸਮਝ ਆ ਜੂਗੀ। ਬਾਕੀ ਬਈ ਪੁਲਿਸ ਵੱਲੋਂ ਕੋਈ ਨਹੀਂ ਬਚਿਆ ਜਾਊਗਾ ਜਿੰਨੇ ਵੀਡੀਓ ਸ਼ੇਅਰ ਕੀਤੀ ਜੇ, ਬਈ ਇੰਨਾ ਸੋਚ ਲਿਓ, ਕਿਉਂਕਿ ਗਲਤ ਵਾ ਕਿ ਇਹਦੀ ਉਹ ਵੀ ਧੀ ਭੈਣ ਵਾ, ਜਿੱਦਾਂ ਮਰਜ਼ੀ ਉਹਨੇ ਮੁੰਡੇ ਨੇ ਜੋ ਮਰਜ਼ੀ ਗਲਤ ਕੀਤਾ ਹੋਵੇ, ਲੇਕਿਨ ਉਹ ਜਿਹੜੀ ਕੁੜੀ ਆ ਉਹਦੇ ਨਾਲ, ਕਿਉਂਕਿ ਉਹ ਕੁੜੀ ਜਿਹੜੀ ਕਿਸੇ ਦੀ ਧੀ ਆ, ਕਿਸੇ ਦੀ ਭੈਣ ਵਾ, ਉਹਨਾਂ ਦੇ ਪਰਿਵਾਰ 'ਤੇ ਕੀ ਬੀਤੂਗੀ, ਉਹਦੇ ਕਿੱਦਾਂ ਹੋਊਗਾ, ਹੈ ਨਾ। ਅਤੇ ਬਾਕੀ ਹੱਥ ਬੰਨ੍ਹ ਕੇ ਜੋੜ ਬੇਨਤੀ ਆ, ਅਤੇ ਕਿਰਪਾ ਕਰਕੇ ਮੇਰੀ ਗੱਲ 'ਤੇ ਗੌਰ ਕਰਿਓ, ਵੀਡੀਓ ਨੂੰ ਵਾਇਰਲ ਨਾ ਕਰਿਓ, ਜਿਹਦੇ ਕੋਲ ਵੀ ਆਉਂਦੀ ਡੀਡ ਮਾਰ ਦਿਓ, ਕਿਉਂਕਿ ਬਹੁਤ ਗਲਤ ਵਾ। ਕਿਉਂਕਿ ਅੱਜ ਕੱਲ੍ਹ ਉਹ ਵੀ ਮੈਂ ਕੱਲ੍ਹ ਵੀਡੀਓ ਵੇਖਣ ਡਿਆ ਸੀ, ਹੁਣ ਰੋਣ ਡਿਆ, ਯਾਰ ਜੇ ਤੂੰ ਸੱਚਾ ਵਾ ਤੂੰ ਰੋਂਦਾ ਕਿਉਂ ਆ, ਜੇ ਤੇਰੀ ਵੀਡੀਓ ਕਿਸੇ ਨੇ AI ਨਾ ਜਾਂ ਸੋਫਟਵੇਅਰ ਨਾਲ ਤੇਰੀ ਐਡੀਟਿੰਗ ਕੀਤੀ ਜਾਂ ਕੁਛ ਕੀਤੀ, ਤੂੰ ਕਿਉਂ ਰੋਣ ਡਿਆ ਫਿਰ, ਹੁਣ ਤੂੰ ਮਾਫੀਆਂ ਕਿਉਂ ਮੰਗਣ ਡਿਆ ਵਾ। ਤੂੰ ਉੱਦਣ ਤੂੰ ਤਾਂ ਬੜੇ ਚੌੜ 'ਚ ਕਹਿਤਾ ਆ ਕੇ ਵੀ ਨਹੀਂ ਤੇ ਦੁਨੀਆ ਨੇ ਮੇਰੀ ਵੀਡੀਓ ਇੱਦਾਂ ਕਰ ਲਈ, ਇੱਦਾਂ ਕਰ ਲਈ। ਚਲੋ ਛੱਡੋ ਪਰੇ ਉਸ ਗੱਲ ਨੂੰ, ਅਸੀਂ ਉਸ ਗੱਲ 'ਤੇ ਆਉਂਦੇ ਨਹੀਂ ਹੈਗੇ। ਚਲੋ ਜੋ ਉਹਨੇ ਗਲਤੀ ਕੀਤੀ ਕਰਤੀ ਆ, ਬਾਕੀ ਸਿਰਫ ਇਹੋ ਹੀ ਹੈ ਕਿ ਤੁਸੀਂ ਜਿਹੜੀ ਵੀਡੀਓ ਨੇ ਉਹਨੂੰ ਵਾਇਰਲ ਨਾ ਕਰਿਓ, ਠੀਕ ਹੈ ਜੀ। ਕਿਉਂਕਿ ਗਲਤ ਵਾ ਜੋ ਵੀ ਆ, ਮੁੰਡੇ ਨੇ ਜੋ ਵੀ ਕੀਤਾ ਗਲਤ ਕੀਤਾ ਵਾ। ਚਲੋ ਠੀਕ ਹੈ ਜੀ, ਵੀਡੀਓ ਸਾਡਾ ਇਹੋ ਕੰਮ ਸੀ ਬਣਾਉਣ ਦਾ ਕਿ ਚਲੋ ਇੱਕ ਵਾਰੀ ਦੱਸਣਾ, ਗੱਲ ਕਰਨੀ ਚਾਹੀਦੀ ਹਰ ਇੱਕ ਨਾਲ। ਤੁਸੀਂ ਵੀ ਸਾਡੇ ਪਰਿਵਾਰ ਜੇ ਸਾਰੇ ਸਾਡੀ ਫੈਮਿਲੀ ਆ, ਅਤੇ ਕਿਰਪਾ ਕਰਕੇ ਤੁਸੀਂ ਵੀ ਅੱਗੇ ਕਿਸੇ ਨੂੰ ਸਲਾਹ ਦਿਓ ਕਿ ਵੀ ਇੱਦਾਂ ਦਾ ਕੰਮ ਨਾ ਕਰਨ, ਵੀਡੀਓ ਵਾਇਰਲ ਨਾ ਕਰਨ, ਜਿਹਦੇ ਕੋਲ ਵੀ ਕੱਟ ਦੇਣ, ਜਿਹਦੇ ਕੋਲ ਵੀਡੀਓ ਵਾਇਰਲ ਫੜੀ ਗਈ ਜਾਂ ਕੁਛ ਹੋ ਗਈ, ਉਹ ਵੀ ਕੀ ਪਤਾ ਕਿਹੜੀ ਧਾਰਾ ਲਾ ਦੇਣੀ ਇਹਨਾਂ ਨੇ। ਅਤੇ ਕਿਰਪਾ ਕਰਕੇ ਤੁਸੀਂ ਮੇਰੀ ਗੱਲ ਤੋਂ ਫੋਲੋ ਕਰਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।